ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੀਤੀ ਮੰਗੈ ਜੋਤ ਅਪਾਰ, ਕੀਤਿਆਂ ਗਣਤ ਨਹੀਂ ਵਿਚਾਰ। ਕੀਤੀ ਖਪ ਟੁੱਟੈ ਵਿਕਾਰ, ਕੀਤੀ ਲੈ ਲੈ ਮੁਕਰ ਪਾਹੇ। ਕੀਤੀ ਮੂਰਖ ਖਾਹੀ ਖਾਹੇ, ਕੀਤਿਆਂ ਦੁੱਖ ਭੁੱਖ ਸਦ ਮਾਰ। ਏਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੈ ਹੋਈ। ਹੋਰ ਆਖ ਨਾ ਸਕੈ ਕੋਈ, ਜੇ ਕੋ ਖਾਇਕ ਆਖਣ ਪਾਈ। ਉਹ ਜਾਣੈ ਜਿਤੀਆਂ ਮੁਖਾਏ, ਆਪੇ ਜਾਣੈ ਆਪੇ ਦੀ। ਆਖੈ ਸੇਪੇ ਕੇਈ ਕੇ, ਜਿਸਨੋ ਬਖਸ਼ੇ ਸਿਫਤ ਸਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਸਨੋ ਬਖਸ਼ੇ ਸਿਫਤ ਸਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀਆਂ ਪੌੜੀਆਂ ਵਿੱਚ ਇੱਕ ਗੱਲ ਸਪਸ਼ਟ ਹੋ ਗਈ, ਉਹ ਮਾਲਕ ਇਤਨਾ ਵੱਡਾ ਹੈ, ਉਸਦਾ ਕੋਈ ਅੰਤ ਨਹੀਂ ਪਾ ਸਕਦਾ। ਇਹ ਸੁਭਾਵਿਕ ਹੈ, ਜਿਸਦਾ ਅੰਤ ਨਾ ਪਾਇਆ ਜਾ ਸਕੇ, ਇਤਨਾ ਵੱਡਾ ਹੋਵੇ, ਫਿਰ ਐਸਾ ਵੱਡਾ ਬੇਪਰਵਾਹ ਹੁੰਦਾ ਹੈ। ਔਰ ਬੇਪਰਵਾਹ ਕਿਸੇ ਤੋਂ ਡਰਦਾ ਨਹੀਂ। ਜਿਹੜਾ ਕਿਸੇ ਤੋਂ ਡਰਦਾ ਨਹੀਂ, ਉਹਦਾ ਇਰਦਾ ਬਹੁਤ ਕਠੋਰ ਹੁੰਦਾ ਹੈ, ਉਹਦਾ ਹਿਰਦਾ ਬਹੁਤ ਕਹਿਰਵਾਨ ਹੁੰਦਾ ਹੈ, ਉਸਦਾ ਹਿਰਦਾ ਬਹੁਤ ਪੱਥਰ ਵਰਗਾ ਹੁੰਦਾ ਹੈ। ਕਿਉਂਕਿ ਐਸੇ ਹਿਰਦੇ ਵਿੱਚ ਜਿਹੜਾ ਕਿਸੇ ਤੋਂ ਡਰਦਾ ਹੀ ਨਹੀਂ, ਦਇਆ ਦੇ ਚਸ਼ਮੇ ਫੁੱਟਣੇ ਬੜੀ ਅਸੰਭਵ ਬਾਤ ਹੈ। ਜੋ ਕੁਛ ਅਸੀਂ ਦੁਨੀਆਂ ਵਿੱਚ ਵੇਖਨੇ ਹੈ, ਉਹ ਕੁਛ ਅਸੀਂ ਪਰਮੇਸ਼ਰ ਪ੍ਰਤੀ ਸੋਚ ਲੈਨੇ। ਜਿਹੜੇ ਦੁਨੀਆਂ ਵਿੱਚ ਕਿਸੇ ਤੋਂ ਨਹੀਂ ਡਰਦੇ, ਬਹੁਤ ਵੱਡੇ ਨੇ, ਤੋ ਖਿਆਲ ਕਰਨਾ ਉਹ ਫਿਰ ਅੰਤਰ ਆਤਮੇ ਤੋਂ ਕਠੋਰ ਹੋ ਜਾਂਦੇ ਨੇ। ਉਸਦੇ ਦਰ ਤੇ ਕਿਸੇ ਗਰੀਬ ਦੀ ਆਵਾਜ਼ ਪੁਕਾਰ ਨਹੀਂ ਪਹੁੰਚਦੀ। ਪਰ ਸਹਿਬ ਆਖਦੇ ਨੇ, ਇਹ ਤੇਰੇ ਅੰਤਰ ਆਤਮੇ ਬੜੀ ਹੋਈ ਵਿਚਾਰ, ਮੈਂ ਇਸ ਨੂੰ ਬਦਲਾਉਣੀ ਚਾਹੁੰਦਾ। ਕਿਉਂਕਿ ਪਰਮੇਸ਼ਰ ਐਸਾ ਨਹੀਂ ਹੈ, ਵਾਹਿਗੁਰੂ ਜੀ ਐਸਾ ਨਹੀਂ ਹੈ, ਉਹਦਾ ਸੁਭਾਅ ਇਸ ਤੋਂ ਬਿਲਕੁਲ ਵਿਲੱਖਣਤਾ ਵਾਲਾ ਹੈ। ਉਹ ਮਾਲਕ ਤੇ ਇਤਨੀਆਂ ਵੱਡੀਆਂ ਰਹਿਮਤਾਂ ਦਾ ਮਾਲਕ ਹੈ, ਇਤਨੇ ਵੱਡੇ ਬਖਸ਼ਿਸ਼ਾਂ ਦਾ ਸਮੁੰਦਰ ਹੈ। ਉਸਦੇ ਦਰ ਤੇ ਹੋ ਸਕਦਾ ਅਮੀਰ ਦੀ ਨਿਵਾਸੀ ਕਰਨ ਵਾਸਤੇ ਤਾਂ ਕੁਛ ਵਕਤ ਲੱਗ ਜਾਏ, ਪਰ ਗਰੀਬ ਨੂੰ ਨਿਵਾਜਣ ਲੱਗਿਆਂ ਵਕਤ ਨਹੀਂ ਲੱਗਦਾ। ਹੋ ਸਕਦਾ ਮਲਕ ਭਾਗੋ ਦੇ ਘਰ ਜਾਂਦਿਆਂ ਪਰਮੇਸ਼ਰ ਦਾ ਸੁਨੇਹਾ ਬਹੁਤ ਵਕਤ ਲੱਗ ਜਾਏ, ਪਰ ਭਾਈ ਲਾਲੋ ਦੇ ਘਰ ਦਾਤਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰੱਬ ਦਾ ਰੂਪ ਪਹਿਲੋਂ ਜਾ ਸਕਦੇ ਨੇ। ਮਲਕ ਭਾਗੋ ਦੇ ਘਰ ਜਲਦੀ ਜਾਇਆ ਜਾ ਸਕਦਾ, ਪਰ
ਜੇ ਉਹਦੀ ਬਿਰਤੀ ਭਾਈ ਲਾਲੋ ਵਾਲੀ ਬਣ ਜਾਏ, ਅੰਤਰ ਆਤਮੇ ਭਾਈ ਲਾਲੋ ਵਾਲਾ ਪਿਆਰ ਬਣ ਜਾਏ। ਮਾਲਕ ਬਹੁਤ ਹੀ ਜ਼ਿਆਦਾ ਦਇਆ ਦਾ ਘਰ ਹੈ, ਬਖਸ਼ਿਸ਼ਾਂ ਦਾ ਘਰ ਹੈ। ਤੋ ਹਜ਼ੂਰ ਆਖਦੇ ਨੇ ਆਵੇਂ ਤੇਰੀ ਉਸਤਾਦੀ ਨਾਲ ਸਾਂਝ ਪਵਾ ਦੇ ਆ, ਕਿਤੇ ਮਨ ਵਿੱਚ ਐਸਾ ਵਿਚਾਰ ਨਾ ਹੋਵੇ ਭਈ ਉਹ ਕੁਰਖਤ ਹੈ, ਉਹ ਦਇਆਵਾਨ ਨਹੀਂ ਹੈ, ਜਿਸ ਦਾ ਅੰਤ ਨਹੀਂ ਪੈਂਦਾ, ਉਹ ਵੱਡਾ ਸਾਹਿਬ ਹੈ, ਉਸਦਾ ਨਾਂ ਬਹੁਤ ਉੱਚਾ ਹੈ। ਤੋ ਕਹਿੰਦੇ ਨੇ ਕਿਤੇ ਐਸਾ ਨਾ ਵਿਚਾਰ ਬਣਾ ਲਈ, ਉਹ ਰਹਿਮਤਾਂ ਨਹੀਂ ਕਰਦਾ, ਉਹ ਕਰੋਧਵਾਨ ਹੈ, ਉਹ ਹਿਰਦੇ ਵਿੱਚੋਂ ਕਦੇ ਬਖਸ਼ਿਸ਼ ਨਹੀਂ, ਉਸ ਦੁਨੀਆਂ ਤੇ ਉੱਤੇ ਰਹਿਮਤ ਦੀ ਨਜ਼ਰ ਨਹੀਂ ਕਰਦਾ। ਹਜ਼ੂਰ ਸੱਚੇ ਪਾਤਸ਼ਾਹ ਨੇ ਰਹਿਮਤਾਂ ਕੀਤੀ ਹੈ, ਬਹੁਤਾ ਕਰਮ ਲਿਖਿਆ ਨਾ ਜਾਏ। ਕਰਮ ਤੋਂ ਮੁਰਾਦ ਹੈ ਬਖਸ਼ਿਸ਼, ਰਹਿਮਤ। ਪਰਮੇਸ਼ਰ ਕਿਤਨੀਆਂ ਕੁ ਰਹਿਮਤਾਂ ਕਰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਸਾ ਬਚਨ ਆਖਦੇ ਨੇ, ਉਹ ਕਿਤਨਾ ਕੁਛ ਦੇ ਰਿਹਾ ਜੀਵਾਂ ਨੂੰ, ਇਹ ਗੱਲ ਕਿਸੇ ਲਿਖਤ ਵਿੱਚ ਨਹੀਂ ਲਿਆਂਦੀ ਜਾ ਸਕਦੀ। ਕਿਉਂ? ਕਿਉਂਕਿ ਕਲਮ ਆਪਣੀ ਅਸਮਰੱਥਾ ਪ੍ਰਗਟ ਕਰਦੀ ਏ। ਇਤਨੇ ਵੱਡੇ ਮਾਲਕ ਦੇ ਗੁਣ ਲਿਖਣ ਦੀ ਤਾਕਤ ਮੇਰੇ ਵਿੱਚ ਨਹੀਂ। ਉਹ ਇਤਨਾ ਵੱਡਾ ਹੈ, ਉਸ ਦੇ ਦਰ ਤੋਂ ਨਿਕਲੀ ਹੋਈ ਬਖਸ਼ਿਸ਼, ਆਈ ਹੋਈ ਬਖਸ਼ਿਸ਼, ਉਸਦਾ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਸਾਹਿਬ ਕਹਿੰਦੇ ਕਥਨ ਹੀ ਨਹੀਂ ਹੋ ਸਕਦਾ, ਲਿਖਿਆ ਹੀ ਨਹੀਂ ਜਾ ਸਕਦਾ। ਬਹੁਤਾ ਕਰਮ ਲਿਖਿਆ ਨਾ ਜਾਏ। ਦਾਤੇ ਦੀ ਪਹਿਚਾਣ ਹਮੇਸ਼ਾ ਦਾਤ ਤੋਂ ਹੁੰਦੀ ਹੈ। ਕੋਈ ਦਾਤਾ ਕਿੱਡਾ ਵੱਡਾ ਹੈ, ਇਹ ਗੱਲ ਦਾਤ ਤੋਂ ਜਾਣੀ ਜਾ ਸਕਦੀ ਹੈ। ਕੋਈ 10 ਰੁਪਏ ਦੇ ਸਕਦਾ ਹੈ, ਉਹ ਛੋਟਾ ਦਾਤਾ ਹੈ। ਕੋਈ 100 ਰੁਪਇਆ ਦੇ ਸਕਦਾ ਹੈ, ਉਸ ਤੋਂ ਵੀ ਵੱਡਾ ਦਾਤਾ ਹੈ। ਕੋਈ ਲੱਖਾਂ ਦੇ ਸਕਦਾ ਹੈ, ਉਹ ਉਸ ਤੋਂ ਵੀ ਵੱਡਾ ਦਾਤਾ ਹੈ। ਪਰ ਕੋਈ ਸਭ ਕੁਛ ਦੇ ਸਕਦਾ ਹੈ, ਉਹ ਸਭ ਤੋਂ ਵੱਡਾ ਦਾਤਾ ਹੈ। ਤੋ ਸਾਹਿਬ ਕਹਿੰਦੇ ਨੇ ਉਸ ਦੀ ਬਖਸ਼ਿਸ਼ ਕੀ ਹੈ, ਇਤਨੀ ਵੱਡੀ ਦਾਤਾਂ ਦਿੰਦਾ ਹੈ ਤੇ ਉਹਦੀ ਬਖਸ਼ਿਸ਼ ਨੂੰ ਲਿਖਿਆ ਕਿਵੇਂ ਜਾ ਸਕਦਾ। ਦਾਤਾਂ 3 ਤਰ੍ਹਾਂ ਦੁਨੀਆਂ ਚ ਮਿਲਦੀਆਂ ਨੇ। ਇੱਕ ਤੇ ਮੁੱਲ ਲੈ ਲਈ ਜਾਏ, ਦੂਜੀ ਜਿਹੜੀ ਚੀਜ਼ ਮੁੱਲ ਨਾ ਮਿਲੇ ਉਹ ਕਈ ਵਾਰੀ ਉਧਾਰੀ ਲੈ ਕੇ ਵਰਤ ਲਈ ਜਾਂਦੀ ਹੈ। ਤੀਜਾ ਸਾਧਨ ਹੈ, ਜਿਹੜੀ ਚੀਜ਼ ਮੁੱਲ ਨਾ ਮਿਲੇ, ਉਧਾਰ ਵੀ ਨਾ ਮਿਲੇ, ਤੋ ਤੀਜਾ ਐਸਾ ਸਾਧਨ ਹੈ ਭਈ ਉਹ ਮੰਗ ਹੀ ਲਈ ਜਾਏ। ਉਹ ਆਪਣੇ ਮਾਲਕ ਦੇ ਦਰ ਤੇ ਬੇਨਤੀ ਹੀ ਕਰ ਦਿੱਤੀ ਜਾਏ। ਮੁੱਲ ਦੇ ਲਈ ਵੀ ਕੁਛ ਨਾ ਕੁਛ ਦੇਣਾ ਪੈਂਦਾ, ਉਧਾਰ ਵਸਤੂ ਵੀ ਮੋੜਨੀ ਪੈਂਦੀ ਹੈ। ਪਰ ਜਿਹੜੀ ਚੀਜ਼ ਬਖਸ਼ਿਸ਼ ਹੋ ਜਾਏ ਉਹ ਨਾ ਮੋੜਨੀ ਪੈਂਦੀ ਏ, ਨਾ ਕੁਛ ਮੁੱਲ ਧਾਰਨਾ ਪੈਂਦਾ ਤੇ ਨਾ ਹੀ ਉਹ ਉਧਾਰ ਹੈ। ਰੱਬ ਦਾ ਨਾਮ, ਜੋ ਪਰਮੇਸ਼ਰ ਨੇ ਸਾਨੂੰ ਬਖਸ਼ਿਸ਼ਾਂ ਕੀਤੀਆਂ ਨੇ, ਦਾਤਾਂ ਦਿੱਤੀਆਂ ਨੇ, ਹਜ਼ੂਰ ਆਖਦੇ ਨੇ ਕਹਿੰਦੇ ਉਹ ਏਡਾ ਵੱਡਾ ਦਾਤਾ ਹੈ, ਵੱਡਾ ਦਾਤਾ ਤਿਲ ਨਾ ਤਮਾਏ, ਉਹਨੂੰ ਰਤੀ ਮਾਤਰ ਇਤਨਾ ਨਿੱਕਾ ਜਿਹਾ ਲਾਲਚ ਵੀ ਨਹੀਂ ਹੈ ਮੈਂ ਇਸ ਕੋਲੋਂ ਕੋਈ ਦਾਤਾਂ ਦਾ ਇਵਜ਼ਾਨਾ ਲੈਣਾ ਹੈ, ਕੋਈ ਵਾਪਸ ਮੰਗਦਾ ਹੈ, ਨਹੀਂ। ਮਾਲਕ ਸਭ ਕੁਝ ਬਖਸ਼ ਕੇ ਵੀ ਕੁਛ ਲੈਣ ਦੀ ਤਮੰਨਾ ਨਹੀਂ ਰੱਖਦਾ। ਉਹ ਕਿਸੇ ਦਾਤ ਨੂੰ ਦੇ ਕੇ ਉਹਦਾ ਕੋਈ ਮੁੱਲ ਨਹੀਂ ਮੰਗਦਾ। ਅਸੀਂ ਵੇਖਦੇ ਹਾਂ ਨਾ ਆਪਣੀ ਜ਼ਿੰਦਗੀ ਦੇ ਅੰਦਰ ਰੋਜ਼, ਜੇ ਕਿਸੇ ਨੇ ਮਕਾਨ ਬਣਾਇਆ ਹੈ, ਮਕਾਨ ਵਿੱਚ ਰਹਿਣਾ ਹੋਵੇ ਤੇ ਕਿਰਾਇਆ ਲਾਜ਼ਮੀ ਦੇਣਾ ਪੈਂਦਾ। ਕੋਈ ਡਾਕਟਰ ਆਕਸੀਜਨ ਦੇ ਦੇਵੇ ਕਿਸੇ ਮਰੀਜ਼ ਨੂੰ, ਆਕਸੀਜਨ ਦਾ ਮੁੱਲ ਦੇਣਾ ਪੈਂਦਾ। ਘਰਾਂ ਚ ਬਿਜਲੀ ਜਗਦੀ ਏ, ਬਿਜਲੀ ਵਰਤਣੇ ਹੈ ਤੇ ਉਸਦਾ ਬਿੱਲ ਦੇਣਾ ਪੈਂਦਾ। ਇੱਥੇ ਹੀ ਬਸ ਨਹੀਂ, ਅਨੇਕਾਂ ਐਸੀਆਂ ਚੀਜ਼ਾਂ ਮਿਸਾਲਾਂ ਲਈਆਂ ਜਾ ਸਕਦੀਆਂ ਨੇ। ਪਰ ਹੈਰਾਨੀ ਹੁੰਦੀ ਏ, ਜਿਸ ਮਾਲਕ ਨੇ ਧਰਤੀ ਬਣਾਈ ਉਹਨੇ ਕਦੇ ਵੀ ਬਿੱਲ ਨਹੀਂ ਜੀਵ ਕੋਲੋਂ ਮੰਗਿਆ। ਜਿਸ ਮਾਲਕ ਨੇ ਆਕਸੀਜਨ ਬਣਾਈ
ਉਹਦੀ ਜਨਮ ਤੋਂ ਲੈ ਕੇ ਮੌਤ ਤੱਕ ਵਰਤਦਾ, ਉਸ ਮਾਲਕ ਦੀ ਵਰਤੀ ਆਕਸੀਜਨ ਦਾ ਕਦੇ ਬਿੱਲ ਨਹੀਂ ਆਇਆ। ਉਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਪਾਣੀ ਛਕਦਾ। ਇੱਥੇ ਬਸ ਨਹੀਂ, ਪਰਮੇਸ਼ਰ ਦੇ ਦਰ ਤੋਂ ਬਣਾਏ ਹੋਏ ਸੂਰਜ ਦੀ ਰੋਸ਼ਨੀ ਰੋਜ਼ ਵਰਤਦਾ। ਕਦੇ ਜ਼ਿੰਦਗੀ ਦੇ ਵਿੱਚ ਐਸਾ ਖਿਆਲ ਨਹੀਂ ਆਇਆ ਭਈ ਉਹ ਬਿੱਲ ਵੀ ਪੇਸ਼ ਕਰੇਗਾ ਜਾਂ ਅਸੀਂ ਉਸ ਨੂੰ ਕੁਛ ਦੇਣਾ ਵੀ ਹੈ, ਕਿਉਂਕਿ ਉਹ ਦੇ ਕੇ ਕੁਛ ਨਹੀਂ ਲੈਂਦਾ। ਇਹ ਗੱਲ ਜ਼ਰੂਰ ਹੈ, ਜੋ ਦਿੱਤਾ ਹੈ ਉਸ ਨੂੰ ਇਸ ਢੰਗ ਨਾਲ ਵਰਤ ਜਿਸ ਢੰਗ ਲਈ ਇਹ ਦਾਤਾਂ ਤੈਨੂੰ ਮਿਲੀਆਂ ਨੇ। ਨੇਤਰ ਨੇ ਇਹ ਤੇ ਇਸ ਲਈ ਮਿਲੇ ਸਨ ਤੂੰ ਦੀਦਾਰ ਕਰ ਸਕੇ, ਰਸਨਾ ਇਸ ਲਈ ਮਿਲੀ ਸੀ ਮਾਲਕ ਦੇ ਗੁਣ ਗਾ ਸਕੇ, ਕੰਨ ਮਿਲੇ ਸਨ, ਪੈਰ ਮਿਲੇ ਸਨ, ਹੱਥ ਮਿਲੇ ਸਨ ਤੂੰ ਗੁਰੂ ਘਰ ਦੀ ਸੇਵਾ ਕਰ ਸਕੇ, ਪੈਰਾਂ ਨਾਲ ਚੱਲ ਗੁਰੂ ਘਰ ਜਾ ਸਕੇ ਧਾਰਮਿਕ ਸਥਾਨ ਤੇ। ਪਰ ਕੀਤਾ ਕੀ, ਨੇਤਰ ਪਰ ਤੇਰੇ ਰੂਪ ਤੱਕਣ ਵਿੱਚ ਮਸਤ ਹੋ ਗਏ, ਰਸਨਾ ਤਰ੍ਹਾਂ ਤਰ੍ਹਾਂ ਦੇ ਸਵਾਦ ਮਾਨਣ ਵਿੱਚ ਆਨੰਦਿਤ ਹੋ ਗਈ, ਤੇ ਕੰਨ ਜਿਹੜੇ ਨੇ ਲੋਕਾਂ ਦੀ ਨਿੰਦਾ ਉਸਤਤ ਸੁਣਨ ਵਿੱਚ ਮਸਤ ਹੋ ਗਏ ਨੇ। ਹਜ਼ੂਰ ਆਖਦੇ ਨੇ ਪੈਰਾਂ ਨਾਲ ਉਹਨਾਂ ਥਾਵਾਂ ਤੇ ਚੱਲ ਕੇ ਜਾਣ ਲਈ ਤਿਆਰ ਹੋ ਜਾਂਦਾ ਹੈ ਜਿਸ ਥਾਂ ਤੇ ਪਰਮੇਸ਼ਰ ਦਾ ਨਾਮ ਵਿਸਰ ਜਾਏ, ਹੱਥਾਂ ਨਾਲ ਲੋਕਾਂ ਦੇ ਗਲੇ ਤੇ ਘੋਟਦਾ ਹੈ ਪਰ ਕਦੇ ਗੁਰੂ ਘਰ ਦੀ ਸੇਵਾ ਨਹੀਂ ਕਰਦਾ। ਉਹ ਦਾਤਾਂ ਨਹੀਂ ਲੈਂਦਾ ਦੇ ਕੇ, ਸਭ ਕੁਛ ਉਹਨੇ ਦਿੱਤਾ ਹੈ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਬਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਣ ਆਖੇ ਸਭ ਜਾਏ। ਇਤਨੀਆਂ ਦਾਤਾਂ ਉਸ ਮਾਲਕ ਨੇ ਦਿੱਤੀਆਂ ਨੇ ਔਰ ਉਹ ਕੁਛ ਲੈਣ ਦੀ ਤਮੰਨਾ ਨਾਲ ਨਹੀਂ ਲਈਆਂ। ਇੱਕ ਬੜਾ ਸੁੰਦਰ ਜ਼ਿਕਰ ਆਉਂਦਾ ਹੈ ਸੰਸਾਰ ਦੇ ਇਤਿਹਾਸ ਵਿੱਚ। ਇੱਕ ਹਜ਼ਰਤ ਇਬਰਾਹਿਮ ਹੋਏ ਨੇ, ਇੱਕ ਵਾਰੀ ਐਸਾ ਸਾਧਨ ਬਣਿਆ, ਰੋਜ਼ਾਨਾ ਜੀਵਨ ਦੀ ਕਾਰ ਸੀ ਕਿਸੇ ਨੂੰ ਕੁਛ ਛਕਾ ਕੇ, ਕਿਸੇ ਨੂੰ ਕੁਛ ਖਵਾ ਕੇ ਆਪ ਖਾਣਾ। ਇੱਕ ਦਿਨ ਸਬੱਬ ਬਣਿਆ, ਛਕਣ ਵਾਲਾ ਹੀ ਕੋਈ ਨਾ ਆਇਆ। ਇੱਕ ਦਿਨ ਗੁਜ਼ਰ ਗਿਆ, ਦੂਜਾ ਦਿਨ ਗੁਜ਼ਰ ਗਿਆ, ਆਖਰਕਾਰ ਆਪਣੇ ਸਾਥੀਆਂ ਨੂੰ ਬਚਨ ਆਖੇ ਜਾਓ ਕੋਈ ਲੈ ਕੇ ਆਓ ਜਿਹੜਾ ਖਾਣਾ ਖਾ ਸਕੇ, ਤੇ ਮੈਂ ਉਸਦੇ ਮਗਰੋਂ ਛਕਣਾ ਚਾਹੁੰਦਾ। ਚਲੇ ਗਏ, ਇੱਕ ਲੋੜਵੰਦ ਲੈ ਆਂਦਾ, ਉਸ ਅੱਗੇ ਖਾਣਾ ਰੱਖ ਦਿੱਤਾ ਪਰੋਸ ਕੇ। ਇਬਰਾਹਿਮ ਕੋਲ ਬੈਠ ਗਏ, ਉਸ ਨੇ ਗਰਾਈ ਤੋੜੀ, ਮੁੱਖ ਪਾਉਣ ਲੱਗਾ। ਇਬਰਾਹਿਮ ਨੇ ਬਾਂਹ ਪਕੜ ਲਈ, ਕਹਿਣ ਲੱਗੇ ਸਜਣਾ ਜੇ ਮੈਨੂੰ ਕੁਛ ਨਹੀਂ ਕਹਿਣਾ ਕਮ ਸੇ ਕਮ ਨਾ ਆਖ, ਕੋਈ ਗੱਲ ਨਹੀਂ, ਪਰ ਕਮ ਸੇ ਕਮ ਉਸ ਮਾਲਕ ਦਾ ਸ਼ੁਕਰ ਤੇ ਕਰ ਜਿਹਨੇ ਤੈਨੂੰ ਖਾਣ ਲਈ ਦਿੱਤਾ। ਉਸ ਫਕੀਰ ਨੇ ਬਚਨ ਆਖੇ, ਕਹਿਣ ਲੱਗੇ ਜੇ ਮੈਂ ਉਸਦਾ ਹੀ ਸ਼ੁਕਰਾਨਾ ਕਰਨਾ ਹੁੰਦਾ, ਮੈਂ ਕਿਉਂ ਉਸਦਾ ਸ਼ੁਕਰਾਨਾ ਕਰਾਂ, ਤੈਨੂੰ ਸਭ ਕੁਛ ਦੇ ਸਕਦਾ ਤੇ ਮੈਨੂੰ ਕੁਛ ਵੀ ਨਹੀਂ ਦਿੱਤਾ, ਮੈਂ ਉਹਦਾ ਕਿਹੜੇ ਮੂੰਹ ਨਾਲ ਸ਼ੁਕਰਾਨਾ ਕਰਾਂ, ਮੈਂ ਨਹੀਂ ਜੇ ਕਰਨਾ। ਆ ਆਪਣੀ ਥਾਲੀ ਚੁੱਕ ਲੈ, ਮੈਂ ਪ੍ਰਸ਼ਾਦਾ ਨਹੀਂ ਛਕਣਾ ਐਸਾ, ਪਰ ਮੈਂ ਸ਼ੁਕਰਾਨਾ ਨਹੀਂ ਕਰਨਾ। ਇਬਰਾਹਿਮ ਨੇ ਥਾਲੀ ਚੁੱਕ ਲਈ, ਘਰੋਂ ਖਾਲੀ ਮੋੜ ਦਿੱਤਾ। ਇਕਾਂਤ ਬਸ ਹੋ, ਨਿਰੰਕਾਰ ਨਾਲ ਧਿਆਨ ਜੋੜਿਆ। ਸਿਮਰਤੀ ਵਿੱਚ ਬਚਨ ਆਇਆ, ਅੱਜ ਧਿਆਨ ਕਿਉਂ ਨਹੀਂ ਲੱਗ ਰਿਹਾ, ਉਹ ਅੰਤਰ ਆਤਮੇ ਸ਼ਾਂਤੀ ਕਿਉਂ ਨਹੀਂ ਆ ਰਹੀ। ਜਵਾਬ ਮਿਲਿਆ, ਭਲਿਆ ਅੱਜ ਕੋਈ ਭੁੱਖਾ ਹੈ ਤਾਂ ਤੇਰੇ ਕਾਰਨ ਭੁੱਖ ਹੈ। ਮੈਨੂੰ ਪਤਾ ਹੈ ਉਹਦੀ ਉਮਰ ਬਜ਼ੁਰਗੀ ਦੀ ਹੈ, ਇਤਨੀ ਉਮਰ ਹੋ ਗਈ ਉਹ ਹਰ ਰੋਜ਼ ਮੈਨੂੰ ਗਾਲਾਂ ਕੱਢਦਾ, ਹਰ ਰੋਜ਼ ਮੈਨੂੰ ਮਾੜੇ ਬਚਨ ਬੋਲਦਾ, ਪਰ ਮੈਂ ਅੱਜ ਤੱਕ ਉਹਨੂੰ ਕਦੇ ਭੁੱਖਾ ਨਹੀਂ ਰਹਿਣ ਦਿੱਤਾ। ਇਹ ਗੱਲ ਯਾਦ ਰੱਖ, ਅੱਜ ਉਹ ਭੁੱਖ ਹੈ ਤਾਂ ਤੇਰੇ ਕਾਰਨ ਭੁੱਖ ਹੈ, ਕਿਉਂਕਿ ਤੁਸੀਂ ਕੁਛ ਦਿੰਦੇ ਹੋ ਕੁਛ ਲੈਣ ਦੀ ਤਮੰਨਾ ਵਿੱਚ। ਸੱਚ ਜਾਣਿਓ, ਪਰਮੇਸ਼ਰ ਕਦੇ ਕੁਛ ਇਸ ਲਈ ਨਹੀਂ ਲੈਂਦਾ ਭਈ ਮੈਂ ਕਿਸੇ ਕੋਲੋਂ ਕੁਛ ਵਾਪਸ ਲੈਣਾ ਹੈ, ਜੋ ਉਹ ਦਿੰਦਾ ਉਹ ਬਖਸ਼ਿਸ਼ਾ ਕਰੀ ਜਾ ਰਿਹਾ ਹੈ, ਇਹ ਗੱਲ ਵੱਖਰੀ ਹੈ। ਸ਼ੁਕਰਾਨਾ ਕਰਿਆ ਜੀਵਨ ਦਾ ਕਰਜ਼ ਉਤਰ ਜਾਂਦਾ। ਵੱਡਾ ਦਾਤਾ ਤਿਲ ਨਾ ਤਮਾਏ, ਉਹ ਤੇ ਇੱਕ ਤਿਲ ਮਾਤਰ ਵੀ ਤਮਾ ਨਹੀਂ ਰੱਖਦਾ ਮੇਰੀ ਦਿੱਤੀ ਹੋਈ ਦਾਤ ਦਾ ਕੋਈ ਦੁਨੀਆਂ ਵਿੱਚੋਂ ਇਬਜ਼ਾ ਨਾ ਦੇਵੇ। ਸਾਹਿਬ ਆਖਦੇ ਨੇ, ਇੱਕ ਤਸਵੀਰ ਮੈਂ ਇਹ ਵੀ ਪੇਸ਼ ਕਰਨੀ ਚਾਹੁੰਦਾ।
ਭਈ ਉਹ ਪਰਮ ਪਿਤਾ ਪਰਮੇਸ਼ਰ ਦੇ ਦਰ ਤੋਂ ਕੌਣ ਕੌਣ ਮੰਗਦੇ ਨੇ, ਉਹ ਦਾਤਾ ਕਿੱਡਾ ਵੱਡਾ। ਇਸ ਗੱਲ ਦਾ ਜ਼ਿਕਰ ਹਜ਼ੂਰ ਸੱਚੇ ਪਾਤਸ਼ਾਹ ਕਰ ਰਹੇ ਨੇ, ਕੇਤੇ ਮੰਗੈ ਜੋਧ ਅਪਾਰ। ਅਣਗਿਣਤ ਐਸੇ ਸੂਰਮੇ ਨੇ, ਅਣਗਿਣਤ ਐਸੇ ਜੋਧੇ ਨੇ ਜੋ ਪਰਮੇਸ਼ਰ ਦੇ ਘਰ ਤੋਂ ਮੰਗ ਰਹੇ ਨੇ, ਪਰਮੇਸ਼ਰ ਦੇ ਘਰ ਤੋਂ ਯਾਚਨਾ ਕਰ ਰਹੇ ਨੇ। ਇੱਕ ਅੰਮ੍ਰਿਤ ਬਚਨ ਹੈ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਸਵਈਆਂ ਦੇ ਅੰਦਰ ਸਤਿਗੁਰੂ ਜ਼ਿਕਰ ਕਰਦੇ ਨੇ, ਵੀਰ ਅਪਾਰ ਵੱਡੇ ਬਰਿਆਰ ਅਵਚਾਰੇ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨ ਹਾਰ ਸੁਬਾਤਨ ਹੀ ਚੱਕ ਚਾਰ ਲਵਈਆ, ਸਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ। ਉਸ ਮਾਲਕ ਦੇ ਦਰ ਤੇ ਅਨੇਕਾਂ ਐਸੇ ਸੂਰਮੇ ਨੇ ਜਿਹੜੇ ਮੰਗਦੇ ਨੇ। ਖਿਆਲ ਕਰਨਾ ਸੂਰਮਾ ਕੀ ਮੰਗਦਾ, ਜੰਗ ਦੇ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਆਪੋ ਆਪਣੇ ਅਕੀਦੇ ਅਨੁਸਾਰ ਪਰਮੇਸ਼ਰ ਦੇ ਦਰ ਸਿਜਦਾ ਕਰਦਾ ਹੈ ਔਰ ਬੇਨਤੀ ਕਰਦਾ ਹੈ, ਮੇਰੀ ਜੰਗ ਦੇ ਮੈਦਾਨ ਵਿੱਚੋਂ ਜਿੱਤ ਹੋਵੇ, ਮੈਨੂੰ ਇਤਨਾ ਬਲ ਬਖਸ਼, ਮੈਂ ਇਸ ਤੋਂ ਜਿੱਤ ਹਾਸਲ ਕਰਕੇ ਵਾਪਸ ਆਵਾਂ। ਕੇਤੇ ਮੰਗੈ ਜੋਧ ਉਪਾਰ, ਹਜ਼ੂਰ ਆਖਦੇ ਨੇ ਕੇਤਿਆਂ ਗਣਤ ਨਹੀਂ ਵਿਚਾਰ। ਹੋਰ ਕਿਤਨੇ ਕੁ ਮੰਗ ਰਹੇ ਨੇ ਇਹ ਤੇ ਮੈਂ ਵਿਚਾਰ ਦੱਸ ਹੀ ਨਹੀਂ ਸਕਦਾ, ਕਿਉਂਕਿ ਜਿਤਨਾ ਵੱਡਾ ਦਾਤਾ ਹੈ ਉਸ ਦਰ ਤੇ ਉਤਨੀਆਂ ਵੱਡੀਆਂ ਦਾਤਾਂ ਨੇ, ਜਿਤਨੀਆਂ ਵੱਡੀਆਂ ਦਾਤਾਂ ਵੱਧ ਮਿਲ ਸਕਦੀਆਂ ਨੇ ਉੱਥੇ ਵੱਧ ਸੋ ਵੱਧ ਲੋਕ ਉਸ ਘਰ ਵਿੱਚ ਜਾਂਦੇ ਨੇ। ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਖੱਪ ਟੁੱਟੈ ਵੇਕਾਰ। ਅਣਗਿਣਤ ਐਸੇ ਵੀ ਨੇ ਜਿਹੜੇ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਵਰਤ ਕੇ, ਉਹਨਾਂ ਨੂੰ ਭੋਗ ਕੇ ਆਪਣੀ ਜ਼ਿੰਦਗੀ ਅੰਦਰ ਖੱਪ ਖੱਪ ਕੇ ਨਾਸ਼ ਹੋ ਜਾਂਦੇ ਨੇ। ਕਿਉਂਕਿ ਐਸੀ ਵੀ ਅਵਸਥਾ ਹੈ ਜੇ ਕਿਸੇ ਨੂੰ ਦਾਤਾਂ ਮਿਲ ਜਾਣ ਤੇ ਬਹੁਤੀ ਵਾਰੀ ਐਸਾ ਕਾਰਨ ਬਣ ਜਾਂਦਾ ਹੈ, ਦਾਤਾਂ ਨੂੰ ਲੈ ਕੇ ਦਾਤੇ ਤੋਂ ਹੀ ਮਨੁੱਖਰ ਹੋ ਜਾਂਦਾ ਹੈ। ਮਨੁੱਖੀ ਫਿਤਰਤ ਦਾ ਖਿਆਲ ਕਰਦੇ ਹਾਂ, ਸਤਿਗੁਰਾਂ ਗੁਰਬਾਣੀ ਵਿੱਚ ਬਚਨ ਵੀ ਆਖਿਆ ਹੈ, ਹਜ਼ੂਰ ਆਖਦੇ ਨੇ ਇਹਦੀ ਅਵਸਥਾ ਐਸੀ ਬਣ ਜਾਂਦੀ, ਦਾਤ ਪਿਆਰੀ ਵਿਸਰਿਆ ਦਾਤਾਰ, ਜਾਣੈ ਨਾਹੀ ਮਰਨ ਵਿਚਾਰ। ਇੱਕ ਸ਼ੇਖ ਸਾਦੀ ਨੇ ਬੜੀ ਸੁੰਦਰ ਗਾਥਾ ਅੰਕਿਤ ਕੀਤੀ ਹੈ ਗੁਲਿਸਤਾਂ ਬੋਸਤਾਂ ਵਿੱਚ। ਕਥਨ ਕਰਦੇ ਨੇ ਇੱਕ ਦਿਨ ਮੂਸਾ ਜਾਂਦੇ ਆ, ਤੁਰੇ ਜਾਂਦੇ ਆ, ਇੱਕ ਦਰਵੇਸ਼ ਨੂੰ ਤੱਕਿਆ, ਤਪਸ਼ ਭਾਵੇਂ ਬਹੁਤ ਪੈ ਰਹੀ ਸੀ, ਰੇਤ ਗਰਮ ਸੀ, ਪਰ ਫਿਰ ਵੀ ਆਪਣਾ ਆਪ ਰੇਤ ਦੇ ਬੜੇ ਵੱਡੇ ਟੋਏ ਵਿੱਚ ਆਪਣੇ ਆਪ ਨੂੰ ਰੇਤ ਦੇ ਉਸ ਢੇਰ ਦੇ ਵਿੱਚ ਆਪਣਾ ਉਤਾਰਿਆ ਹੋਇਆ ਸੀ। ਮੂਸੇ ਨੇ ਵੇਖਿਆ ਇਬਾਦਤ ਕਰਨ ਵਾਲੇ ਐਸੇ ਵੀ ਲੋਕ ਨੇ, ਕੋਲ ਚਲੇ ਗਏ, ਅਦਬ ਨਾਲ ਸਿਜਦਾ ਕੀਤਾ, ਬੇਨਤੀ ਆਖੀ, ਭਈ ਸੱਜਣਾ ਤੇਰੀ ਇਬਾਦਤ ਤੋਂ ਮੈਂ ਕੁਰਬਾਨ ਹੈ। ਉਹ ਕਹਿਣ ਲੱਗਿਆ ਕਿਸ ਦੀ ਇਬਾਦਤ? ਮੂਸਾ ਜੀ ਕਹਿਣ ਲੱਗੇ ਤੂੰ ਪਰਮੇਸ਼ਰ ਦੀ ਇਬਾਦਤ ਨਹੀਂ ਕਰ ਰਿਹਾ? ਕਹਿੰਦਾ ਨਹੀਂ, ਮੈਂ ਐਸੇ ਮਾਲਕ ਦੀ ਇਬਾਦਤ ਨਹੀਂ ਕਰਦਾ ਜਿਹਨੇ ਮੈਨੂੰ ਤਨ ਕੱਜਣ ਲਈ ਵੀ ਕੱਪੜਾ ਨਹੀਂ ਦਿੱਤਾ, ਮੈਂ ਆਪਣਾ ਸਰੀਰ ਦਾ ਨੰਗੇਜ਼ ਵੀ ਨਹੀਂ ਕੱਜ ਸਕਦਾ, ਤਾਂ ਮੈਂ ਉਸ ਮਾਲਕ ਦਾ ਕਿਵੇਂ ਸ਼ੁਕਰਾਨਾ ਕਰਨਾ, ਕਿਉਂ ਉਸ ਨੂੰ ਬਚਨ ਆਖਾਂ? ਖਿਆਲ ਕਰਨਾ, ਮੂਸਾ ਜੀ ਕਹਿਤੂਰ ਨਾਂ ਦੇ ਪਹਾੜ ਤੇ ਜਾਇਆ ਕਰਦੇ ਸਨ, ਚਲੇ ਗਏ, ਧਿਆਨ ਇਕਾਗਰ ਕੀਤਾ, ਸਿਮਰਤੀ ਵਿੱਚ ਪਰਮੇਸ਼ਰ ਦੇ ਬਚਨ ਆਏ, ਇੱਕ ਵਿਚਾਰ ਕੀਤੀ, ਮਾਲਕ ਐਸੇ ਵੀ ਦੁਨੀਆਂ ਵਿੱਚ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਕੇਵਲ ਸਰੀਰ ਦਾ ਪਰਦਾ ਕੱਢਣ ਵਾਸਤੇ ਵੀ ਕੱਪੜਾ ਨਹੀਂ ਦਿੱਤਾ, ਮੇਰੀ ਬੇਨਤੀ ਹੈ ਉਸ ਨੂੰ ਕੱਪੜਾ ਜ਼ਰੂਰ ਦਿਓ। ਪਰਮੇਸ਼ਰ ਨੇ ਆਖਿਆ ਭਈ ਜੋ ਕੁਛ ਜਿਸ ਨੂੰ ਦਿੱਤਾ ਹੈ ਉਹ ਸਹੀ ਦਿੱਤਾ ਹੈ, ਉਸ ਤੇ ਹੀ ਲਾਇਕ ਸੀ ਉਹ। ਆਖਣ ਲੱਗੇ ਨਹੀਂ, ਮੈਂ ਐਸਾ ਨਹੀਂ ਚਾਹੁੰਦਾ, ਮੈਂ ਤੇ ਜ਼ਰੂਰ ਪੁੱਛਣਾ ਚਾਹੁੰਦਾ ਭਈ ਤੁਹਾਨੂੰ ਜ਼ਰੂਰ ਦੇਣਾ ਚਾਹੀਦਾ, ਮੇਰੀ ਸਿਫਾਰਿਸ਼ ਹੈ। ਪਰਮੇਸ਼ਰ ਨੇ ਐਸਾ ਕੀਤਾ, ਉਸ ਦਰਵੇਸ਼ ਨੂੰ ਕਾਫੀ ਧਨ ਦੌਲਤ ਪ੍ਰਾਪਤ ਹੋ ਗਈ, ਇੱਕ ਸੋਹਣਾ ਘਰ ਬਣ ਗਿਆ, ਅੱਛਾ ਰਹਿਣ ਸਹਿਣ ਦਾ ਸਾਧਨ ਬਣ ਗਿਆ, ਚੰਗੇ ਕੱਪੜੇ ਪਹਿਨਦਾ, ਦੁਨੀਆਂ ਵਿੱਚ ਸ਼ੁਭ ਹੈ। ਕੁਛ ਦਿਨ ਮਗਰੋਂ
मूसा जी वेखण गए उसनु कुछ मिलिया ते दुनिया विच किवें वरत रिहा है ए गल वेखण वास्ते उस ही तरफ फिर लंघे। अचानक कुछ लोग एक बंदे नू बड़ी बेरहमी नाल कुट रहे ने, मार रहे ने। अगे होए पुछिया की गल हो गई, उसनु इतनी बेरहमी नाल क्यों मार दे हो? पहचाने कुटन वाले नू मारन वाले नू पहचाने, जिसनु मार रहे सन लोग वेख के हैरान होए, ए ते ओही दरवेश है जिसनु मार रहे ने लोग। पुछिया एनू क्यों मार रहे हो? उन्हां बचन आखिया, कहन लगे ने शराब पी के एक मां दा इको एक पुत्र सी, पिता दा साया काफी चिर तो सिर तो उठ गया सी, एने उस पुत्र दा कतल कर दिता है, उस बच्चे नू मार दिता है। मूसा जी परमेश्वर दे चरणां विच बिरत जोड़ी तो बचन आखे, मालक तू सच कहने किसे नू की कुछ दिता है ए तू जान के ही दिता है। अनगिनत ऐसे लोग ने जेड़े मालक दियां दितियां दातां नू लै लै के विषय वकारां विच खप गए ने, टुट गए ने। माया ते इस लई दित्ती सी तू जीवन काल दा पंध सुहेला इस नू बसर कर सके, माया ते गुजरान बढ़ाई सी पर हंकार लेके बैठ गया, मालक तो दूर हो गया। जिस मालक ने माया दित्ती उसे मालक तो रिश्ता तोड़ लिया। अगलियां पंक्तियां विच बड़ा सुंदर वचन है, केते लै लै मुकर पाहे। ए वड्डे जाते दी गल है, जिनू तिल जिन्नी भी तमा नहीं, ए उस दा जिक्र है। केते लै लै मुकर पाहे, अणगिणत ओ लोग ने जेड़े परमेश्वर दे दर तो होइयां बख्शिशां ए रस पदार्थ भोगदे ने, प्राप्त करदे ने, पर लैके मुकर जांदे ने, भाव अपनी रसना तो कदे शुक्र दा वचन भी नहीं आखदे। सतगुरा ने इसे लई इक अमृत वचन अमृत बाणी विच दर्ज कीता है। कहिंदे जदों कुछ खाना है ना, जदों कुछ पहनदा है ना, जदों किते कुछ रहना है ना, ते ए बेनती जरूर करिया कर, मालक तू दाता दातार तेरा जित्ता खावना। हंकार कदों पैदा हुंदा है? जदों मोर अपनी ला लैंदा है। अणगिणत ऐसे जीव ने जेड़े लै लै के मुकर रहे ने, मालक दा शुकर नहीं करदे, मालक दा धन्नवाद भी नहीं करदे। केते मूर्ख खाही खाहे, अणगिणत ऐसे मूर्ख ने, अणगिणत ऐसे लोगां दी गिनती है जेड़े मूर्खा वांगू पदार्थ हर रोज खाई ही जांदे ने, खाई ही जांदे ने, कदे ख्याल तक नहीं आउंदा जिस मालक ने सब कुछ दित्ता है मैं उसका अपनी रचना नाल धन्नवाद ते करदे आ। गया कदे भी गुरुद्वारे गया जां धार्मिक स्थान ते गया, उसनु शिकवा करने ही गया, उसनु गिला करने ही गया, ए बेनती करन गया, मेरे मालक तू मैनू आ कुछ नहीं दिता, तू मैनू ओ कुछ नहीं दिता। हर रोज उस मालक दे दर ते उलामा लेके गया। सतगुरु जी कथन करदे ने, कहिंदे इवें कोई परवाह नहीं होया करदा। केतियां दुख भूख सदमार, अणगिणत ओ लोग ने जेड़े दुखां ते कलेशां विच अपना जीवन भोग रहे ने। क्यों ऐसा होया? केतियां दुख भूख सदमार, ए पे दात तेरी दातार। ऐसा पीर, ऐसा परमेश्वर दरों असीसिया गुरु दुनिया च केवल इको है। जिसने गल कह दिती, परमेश्वर दुख ते भुख भी ए तेरी दात है, ए दातार ए तेरी दात है, जिसनु तू त्रुट जाना है दात उसे नु बख्शिश करना है। ए जेड़े दुख ते भुख दियां दातां ने ए भी तेरी दात दातार तेरे दर तो बख्शिश नाल ही मिलदी है। क्यों? ख्याल करना, एक बारी कपड़े ने धोबी नाल एक शिकवा कीता, सजना तेरा ते मेरा कोई वैर नहीं, तू मैनू इतनी तसीहे क्यों देना? कई बारी पानी च उबाल दें और वार वार पत्थर ते मार दें, तेरा ते मेरा की वैर है?
ਧੋਬੀ ਨੇ ਇੱਕ ਗੱਲ ਆਖੀ, ਸੱਜਣਾ ਇਹ ਗੱਲ ਚੇਤਾ ਰੱਖੀ, ਜੇ ਮੇਰਾ ਤੇਰੇ ਨਾਲ ਕੋਈ ਵੈਰ ਹੁੰਦਾ ਮੈਂ ਤੈਨੂੰ ਐਸਾ ਦੁੱਖ ਦਿੰਦਾ ਹੀ ਕੋਈ ਨਾ। ਮੈਂ ਤੈਨੂੰ ਦੁੱਖ ਇਸ ਲਈ ਨਹੀਂ ਦਿੰਦਾ ਤੇਰਾ ਮੇਰੇ ਨਾਲ ਕੋਈ ਵੈਰ ਹੈ, ਬਲਕਿ ਮੈਂ ਤੇ ਇਸ ਲਈ ਕੋਸ਼ਿਸ਼ ਕਰਨਾ, ਇਹ ਕੰਮ ਇਸ ਲਈ ਕਰਨਾ ਮੇਰੇ ਪਿਆਰਿਆ, ਜਿਹੜੇ ਤੇਰੇ ਵਿੱਚੋਂ ਦਾਗ ਨੇ ਉਹ ਖਤਮ ਹੋ ਜਾਣ, ਕਿਉਂਕਿ ਜਿਹੜੇ ਦਾਗੀ ਹੁੰਦੇ ਨੇ ਉਹ ਮਾਲਕ ਦੀ ਨਜ਼ਰ ਚ ਪਰਵਾਹ ਨਹੀਂ ਹੁੰਦੇ, ਮਾਲਕ ਫਿਰ ਦੁਬਾਰੇ ਧੋਬੀ ਕੋਲ ਭੇਜ ਦਿੰਦਾ, ਇਹਨੂੰ ਲੈ ਜਾਓ, ਇਹ ਤੇ ਪਰਵਾਹ ਨਹੀਂ ਹੋ ਸਕਦਾ। ਸਾਹਿਬ ਆਖਦੇ ਨੇ ਅਣਗਿਣਤ ਐਸੇ ਲੋਕ ਨੇ ਜਿਨ੍ਹਾਂ ਨੂੰ ਤੂੰ ਦੁੱਖ ਕਲੇਸ਼ ਦੀਆਂ ਦਾਤਾਂ ਦਿੱਤੀਆਂ ਨੇ, ਪਰ ਇਹ ਤੇਰੀ ਦਾਤ ਹੈ। ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ, ਹੇ ਪਰਮੇਸ਼ਰ ਇਸ ਮਾਇਆ ਦੇ ਮੋਹ ਵਿੱਚੋਂ, ਇਸ ਮਾਇਆ ਦੇ ਬੰਧਨਾਂ ਵਿੱਚੋਂ ਛੁਟਕਾਰਾ ਵੀ ਤੂੰ ਆਪ ਹੀ ਦਵਾ ਸਕਦੇ। ਅਕਾਲ ਪੁਰਖ ਤੇਰੀ ਰਜ਼ਾ ਵਿੱਚ ਤੁਰਿਆ ਛੁਟਕਾਰਾ ਮਿਲਦਾ, ਹੋਰ ਆਖ ਨਾ ਸਕੈ ਕੋਏ। ਜੇ ਕੋਈ ਐਸਾ ਦਾਵਾ ਕਰਦਾ ਭਈ ਮੈਂ ਇਸ ਰਸਤੇ ਤੋਂ ਬਿਨਾਂ ਮਾਇਆ ਦੇ ਮੋਹ ਤੋਂ ਛੁਟਕਾਰਾ ਪਾ ਸਕਣਾ, ਉਹ ਕੂੜ ਬੋਲਦਾ, ਉਸਦੀ ਗੱਲ ਤੇ ਯਕੀਨ ਨਹੀਂ। ਸਾਹਿਬ ਕਹਿੰਦੇ ਐਸਾ ਹੋ ਹੀ ਨਹੀਂ ਸਕਦਾ। ਜੇ ਕੋ ਖਾਇਕ ਆਖਣ ਪਾਏ, ਪਰ ਜੇ ਕੋਈ ਮੂਰਖ ਮਾਇਆ ਦੇ ਮੋਹ ਦੇ ਛੁਟਕਾਰੇ ਤੋਂ ਹੋਰ ਕੋਈ ਯਤਨ ਦਾ ਅਨੇਕਾਂ ਤਰ੍ਹਾਂ ਦੇ ਉਪਰਾਲੇ ਕਰਦਾ, ਸਤਿਗੁਰੂ ਆਖਦੇ ਨੇ ਉਹ ਜਾਣੇ ਜੇਤੀਆਂ ਮੋਖਾਏ, ਉਹ ਫਿਰ ਆਪ ਹੀ ਜਾਣਦਾ ਪਰਮੇਸ਼ਰ ਦੇ ਘਰ ਉਹਨੂੰ ਕੂੜ ਦੀਆਂ ਇਹ ਠੱਗੀਆਂ ਕਰਨ ਦੇ ਕਾਰਨ, ਰੱਬ ਦੀ ਵਿਰੋਧਤਾ ਕਰਨ ਦੇ ਕਾਰਨ, ਰਜ਼ਾ ਵਿੱਚ ਨਾ ਤੁਰਨ ਦੇ ਕਾਰਨ ਕਿਤਨੀਆਂ ਠੋਕਰਾਂ ਖਾਣੀਆਂ ਪੈਂਦੀਆਂ ਨੇ, ਪਰ ਉਹ ਕਦੇ ਬਚ ਨਹੀਂ ਸਕਦਾ। ਵਾਪਸ ਕੂੜ ਵਿੱਚ ਆ ਕੇ ਆਪਣਾ ਜੀਵਨ ਕਾਲ ਬਰਬਾਦ ਕਰ ਲੈਂਦਾ, ਕਿਉਂਕਿ ਹੋਰ ਤੇ ਕੋਈ ਆਖ ਹੀ ਨਹੀਂ ਨਾ ਸਕਦਾ, ਹੋਰ ਕੋਈ ਰਸਤਾ ਹੈ ਹੀ ਨਹੀਂ ਹੈ। ਮਨੁੱਖ ਐਸਾ ਤਰੀਕਾ ਦੱਸ ਹੀ ਨਹੀਂ ਸਕਦਾ, ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ। ਸਾਰੇ ਨਾ ਸ਼ੁਕਰਾਨੇ ਹੀ ਨਹੀਂ, ਕੁਛ ਐਸੇ ਵੀ ਲੋਕ ਨੇ, ਐਸੇ ਵੀ ਦੁਨੀਆਂ ਵਿੱਚ ਇਨਸਾਨ ਨੇ, ਅਨੇਕਾਂ ਮਨੁੱਖ ਇਹ ਗੱਲ ਵੀ ਆਖਦੇ ਨੇ, ਹੇ ਅਕਾਲ ਪੁਰਖ ਆਪੇ ਜਾਣੇ, ਤੂੰ ਆਪ ਹੀ ਜੀਵਾਂ ਦੀਆਂ ਲੋੜਾਂ ਨੂੰ ਜਾਣਦਾ, ਆਪੇ ਦੇ ਤੇ ਆਪ ਹੀ ਦਾਤਾ ਦੇਣਾ, ਆਪ ਹੀ ਬਖਸ਼ਿਸ਼ਾ ਕਰਨਾ। ਆਖੇ ਸੇ ਪੇ ਕਈ ਕੇ, ਕੁਛ ਐਸਾ ਵੀ ਕਹਿੰਦੇ ਨੇ ਭਈ ਤੂੰ ਰਹਿਮਤਾਂ ਕਰਦੇ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਹਜ਼ੂਰ ਆਖਦੇ ਨੇ, ਕਹਿੰਦੇ ਦਾਤਾਂ ਤੇ ਤੂੰ ਬਹੁਤ ਦੇਣਾ, ਰਹਿਮਤਾਂ ਤੇ ਤੂੰ ਬਹੁਤ ਕਰਨਾ, ਸਭ ਕੁਛ ਦੇਣਾ, ਪਰ ਤੇਰੇ ਖਜ਼ਾਨਿਆਂ ਵਿੱਚ ਇੱਕ ਬਹੁਤ ਕੀਮਤੀ ਵਸਤੂ ਹੈ, ਉਹ ਕੀ ਹੈ? ਜਿਨ੍ਹਾਂ ਉੱਤੇ ਤੂੰ ਬਹੁਤ ਤਰੁੱਠ ਜਾਣਾ, ਉਹਨੂੰ ਸਿਫਤ ਸਲਾਹ ਬਖਸ਼ਿਸ਼ ਕਰ ਦੇਣਾ। ਸਿਫਤ ਸਲਾਹ ਕੀ ਹੈ? ਇਹ ਪਾਤਸ਼ਾਹਾਂ ਦਾ ਪਾਤਸ਼ਾਹ ਬਣਾ ਦਿੰਦੀ ਹੈ, ਇਹ ਤੇ ਬੇਮੁਹਤਾਜ ਬਣਾ ਦਿੰਦੀ ਹੈ। ਜਿਸ ਨੂੰ ਤੂੰ ਸਿਫਤ ਸਲਾਹ ਬਖਸ਼ ਦਿੱਤੀ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਗਿਆ, ਉਹ ਦੁਨੀਆਂ ਤੋਂ ਬੇਮੁਹਤਾਜ ਹੋ ਗਿਆ। ਉਹ ਤੇ ਇੱਕ ਵਚਨ ਕਹਿੰਦਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਕਿਸੇ ਦੀ ਮੈਨੂੰ ਮੁਸਾਦਗੀ ਨਹੀਂ, ਜਦੋਂ ਤੱਕ ਤੂੰ ਮੇਰੇ ਵੱਲ ਹੈ। ਆਓ ਸਤਸੰਗੀ ਪਿਆਰਿਓ, ਮਾਲਕ ਦਾ ਸ਼ੁਕਰ ਕਰੀਏ, ਸ਼ੁਕਰ ਸਾਨੂੰ ਰੱਬ ਦੇ ਨੇੜੇ ਲੈ ਜਾਏਗਾ।